ਉਹਨੇ ਹੋਰ ਵਿਆਹ ਕਰਾ ਲਿਆ ਨਾਲ ਵਿਆਹ ਕਰਾਇਆ ਹਾਂਜੀ ਸਕੀ ਮੇਰੀ ਚਾਚੀ ਦੀ ਕੁੜੀ ਨਾਲ ਵਿਆਹ ਕਰਾਇਆ ਓ ਮਾਈ ਗੋਡ ਕੀ ਹੋ ਰਿਹਾ ਹੈ ਤੁਹਾਡੀ ਸਕੀ ਭੈਣ ਦੇ ਨਾਲ ਵਿਆਹ ਕਰਾ ਲਿਆ ਜੀਜੇ ਸਾਲੀ ਨੇ ਆਪਣੀ ਸਾਲੀ ਦੇ ਨਾਲ ਲਾਮਾ ਲੈ ਲਈਆਂ ਹਾਂਜੀ ਸਰ ਤੁਹਾਡੀ ਸਕੀ ਚਾਚੇ ਦੀ ਜਿਹੜੀ ਭੈਣ ਹੈ ਤੁਹਾਡੀ ਡੈਣ ਬਣ ਗਈ ਹੈ ਹਾਂਜੀ ਮਨਪ੍ਰੀਤ ਜੋ ਕਿ ਮਨਪ੍ਰੀਤ ਜੋ ਤੁਸੀਂ ਕਹਿ ਰਹੇ ਸੱਚ ਕਹਿ ਰਹੇ ਹੋ ਸੱਚ ਕਹਿ ਰਹੀ ਹਾਂ ਸਰ ਮੈਂ ਸੱਚ ਕਹਿ ਰਹੀ ਹਾਂ ਜੀ ਦੋਨੇ ਸਰ ਉਹ ਇਸ ਟਾਈਮ ਇਕੱਠੇ ਰਹਿ ਰਹੇ ਆ ਤੁਹਾਡੀ ਜਿਹੜੀ ਚਾਚੇ ਦੀ ਕੁੜੀ ਆ ਉਹਦੀ ਕਿੰਨੀ ਉਮਰ ਆ ਸਰ ਉਹ ਮੇਰੇ ਤੋਂ ਇੱਕ ਸਾਲ ਵੱਡੀ ਹੈਗੀ ਸਰ ਉਹਦੀ ਹੋਊਗੀ 35 ਸਾਲ ਉਮਰ ਹੋਊਗੀ ਸਰ ਉਹ ਪਹਿਲਾਂ ਵਿਆਹੀ ਸੀ 90 ਦਾ ਜਨਮ ਆ ਨਹੀਂ ਸਰ ਉਹ ਵਿਆਹੀ ਨਹੀਂ ਸੀਗੀ ਉਹ ਸ਼ੁਰੂ ਤੋਂ ਹੀ ਮੇਰੇ ਘਰ ਦੇ ਵਿੱਚ ਮਤਲਬ ਰਹਿੰਦੀ ਸੀ ਸਰ ਉਹ 2012 ਦੇ ਵਿੱਚ ਰਹਿਣ ਲੱਗੀ ਆ ਮੇਰੇ ਕੋਲ ਉਸ ਟਾਈਮ ਕੋਈ ਫਰਕ ਪਾਈ ਗਈ ਉਸ ਟਾਈਮ ਹੀ ਸਰ ਉਹਨੇ ਗੱਲਬਾਤ ਕਰ ਲਈ ਸੀ ਮੇਰੇ ਕੁੱਟਮਾਰ ਕਰਵਾਉਂਦੀ ਸੀ ਮੈਂ ਉਹਨਾਂ ਨੂੰ ਕਿੰਨੇ ਬੜੀ ਹੱਥੀ ਰੰਗੀ ਹੱਥੀ ਫੜਿਆ ਸਰ ਤੇ ਮੈਨੂੰ ਸੋਰੀ ਕਹਿ ਕੇ ਹੁਣ ਨੀ ਸਾਡੇ ਤੋਂ ਗਲਤੀ ਹੁੰਦੀ ਹੁਣ ਨੀ ਹੁੰਦੀ ਬਸ ਏਦਾਂ ਕਹਿ ਕੇ ਛੋਟੇ ਇੱਕ ਸੈਕਿੰਡ ਉਹ ਤੁਸੀਂ ਚਾਚੇ ਦੀ ਕੁੜੀ ਆਪਣੇ ਘਰ ਕਾਹਤੋਂ ਲਿਆਂਦੀ ਸਰ ਉਹ ਕਹਿੰਦੀ ਮੈਂ ਇੱਥੇ ਨੌਕਰੀ ਕਰਨੀ ਆ ਲੁਧਿਆਣੇ ਚ ਸਰ ਉਹਨਾਂ ਨਰਸਿੰਗ ਦਾ ਕੀਤਾ ਵਾ ਸੀਗਾ ਉਹ ਦੀਪ ਹਸਪੀਟਲ ਦੇ ਵਿੱਚ ਲੱਗੀ ਹੋਈ ਸੀ ਤੇ ਤੁਹਾਡੇ ਘਰ ਰਹਿਣ ਲੱਗ ਪਈ ਆਣ ਕੇ ਉਹ ਹਾਂਜੀ ਉਹ ਘਰ ਰਹਿਣ ਲੱਗ ਗਈ ਮੈਂ ਸਰ ਉਹਨੂੰ ਬਹੁਤ ਮਨਾ ਕਰਦੀ ਸੀ ਉਹ ਫਿਰ ਵੀ ਸਰ ਜ਼ਬਰਦਸਤੀ ਆਉਂਦੀ ਸੀ ਜੇ ਉਹਨੂੰ ਮੈਂ ਕਹਿੰਦੀ ਸੀ ਤਾਂ ਇਹ ਮੇਰਾ ਹਸਬੈਂਡ ਆ ਉਹਨੂੰ ਜ਼ਬਰਦਸਤੀ ਘਰੇ ਲੈ ਕੇ ਆਉਂਦਾ ਸੀ ਜੇ ਮੈਂ ਕੁਛ ਮਤਲਬ ਬੋਲਦੀ ਸੀ ਤਾਂ ਇਹ ਮੈਨੂੰ ਹੀ ਕੁੱਟ ਦਿੰਦੇ ਸੀਗੇ ਸਰ ਤੇ ਇਹ ਜਿਹੜੀ ਕੁੜੀ ਆ ਇਹ ਇੰਨੇ ਸਾਲ ਇਹਦੇ ਨਾਲ ਰਹੀ ਆ ਤੇ ਇਹਨਾਂ ਰਿਲੇਸ਼ਨ ਜਿਹੜੇ ਆ ਜਦੋਂ ਤੁਹਾਡੇ ਘਰ ਆਈ ਆ ਤੁਹਾਡੇ ਰਹਿਣ ਲੱਗੀ ਉਦੋਂ ਦੇ ਰਿਲੇਸ਼ਨ ਜਾਂ ਪਹਿਲਾਂ ਦੇ ਰਿਲੇਸ਼ਨ ਹੈ ਕਿੰਨੇ ਚਿਰ ਤੋਂ ਰਿਲੇਸ਼ਨ ਹੈ ਹਾਂਜੀ ਸਰ ਇਹਦੇ ਮਤਲਬ 2012 ਤੋਂ ਬਣ ਗਏ ਸੀਗੇ ਸਰ ਰਿਲੇਸ਼ਨ ਇਹਦੇ 12 ਤੋਂ ਹਾਂਜੀ ਇਹਦਾ ਮਤਲਬ ਹੈ ਕਿ 12 ਸਾਲ ਤੋਂ ਤੁਹਾਡੀ ਭੈਣ ਦੇ ਨਾਲ ਰਹਿ ਰਿਹਾ ਤੁਹਾਡਾ ਹਸਬੈਂਡ ਹਾਂਜੀ ਸਰ ਉਹ ਹੁਣ 35-34 ਸਾਲ ਦੀ ਆ ਕੁੜੀ ਤੁਹਾਡੀ ਚਾਚੇ ਦੀ ਕੁੜੀ ਹਾਂਜੀ ਉਹਨਾਂ ਦਾ ਬੱਚਾ ਵੀ ਆ ਕੋਈ ਨਹੀਂ ਸਰ ਕੋਈ ਬੱਚਾ ਨਹੀਂ ਹਜੇ ਹੁਣੀ ਇਹਨਾਂ ਨੇ ਵਿਆਹ ਕਰਵਾਇਆ ਸਰ ਨਹੀਂ ਉਹ ਹੁਣ ਕੀਤਾ ਇਹਨਾਂ ਨੇ ਵਿਆਹ ਕਰਾ ਕੇ ਨਹੀਂ ਬਟ ਉਹਨਾਂ ਦਾ ਰਿਲੇਸ਼ਨ ਤੂੰ ਕਿਵੇਂ ਤੈਨੂੰ ਕਿਦਾਂ ਪਤਾ ਇਹਨਾਂ ਦੇ ਰਿਲੇਸ਼ਨ ਜਿਹੜੇ ਆ ਉਹ ਖਰਾਬ ਹੋ ਚੁੱਕੇ ਆ ਸਰ ਉਹ ਜਦੋਂ ਮੇਰੇ ਕੋਲੇ ਰਹਿੰਦੀ ਸੀ ਨਾ ਸਰ ਮੇਰੇ ਕੋਲੇ ਰਹਿੰਦੀ ਸੀ ਅਸੀਂ ਇਕੱਠੇ ਰਹਿੰਦੇ ਸੀ ਉਸ ਟਾਈਮ ਸਰ ਹਸਪੀਟਲ ਦੇ ਵਿੱਚ ਛੁੱਟੀ ਹੁੰਦੀ ਸੀਗੀ ਸਰ ਮੇਰੇ ਘਰੇ ਹੀ ਆਉਂਦੀ ਸੀ ਸਰ ਜਦੋਂ ਮੈਂ ਰਾਤ ਨੂੰ ਸੌਂ ਜਾਂਦੀ ਸੀ ਇਹ ਮੈਨੂੰ ਗੋਲੀ ਗੋਲੀ ਪਾ ਦਿੰਦੇ ਸੀਗੇ ਸਰ ਨੀਂਦ ਦੀ ਤੇ ਉਦੋਂ ਕਈ ਵਾਰ ਮੇਰੀਆਂ ਅੱਖਾਂ ਖੁੱਲੀਆਂ ਹੋਣੀਆਂ ਸਰ ਮਤਲਬ ਮੈਂ ਉੱਠ ਸਕਣਾ ਨੀ ਤੇ ਅੱਖਾਂ ਮੇਰੀਆਂ ਖੁੱਲੀਆਂ ਹੁੰਦੀਆਂ ਇਹਨਾਂ ਨੇ ਮਤਲਬ ਆਪਣਾ ਜੋ ਵੀ ਆ ਲਵ ਕਰਦੇ ਰਹਿੰਦੇ ਸੀਗੇ ਤੇ ਮੇਰੇ ਬੇਟੇ ਨੇ ਵੀ ਸਰ 2-3 ਵਰਾਹੇ ਫੜੇ ਨਹਾਉਣ ਦੇ ਵੀ ਫੜੇ ਆ ਦੋਨੋਂ ਜਾਣੇ ਮੇਰੇ ਬੇਟੇ ਨੇ ਦੱਸਿਆ ਕਹਿੰਦਾ ਮੰਮੀ ਡੈਡੀ ਤੇ ਮਾਸੀ ਦੋਨੇ ਜਾਣੇ ਨਹਾਉਂਦੇ ਸੀ ਇਕੱਠੇ ਕਹਿੰਦਾ ਮੰਮੀ ਪਤਾ ਨੀ ਕੀ ਕਰੀ ਜਾਂਦੇ ਸੀ ਬਹੁਤ ਦੰਦੀਆਂ ਕੱਢਦੇ ਸੀਗੇ ਦੰਦੀਆਂ ਕੱਢਦੇ ਹੱਸੇ ਸੀਗੇ ਨਹਾਉਂਦੇ ਹਾਂਜੀ ਹਾਂਜੀ ਨਹਾਉਂਦੇ ਹੱਸੀ ਜਾਂਦੇ ਸੀਗੇ ਸਰ ਨਾ ਨਹਾਉਂਦੇ ਸੀ ਨਾਲੇ ਹੱਸਦੇ ਸੀ ਕਿੰਨੀ ਸ਼ਰਮ ਵਾਲੀ ਗੱਲ ਹੈ ਇਹ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਤੇਰੀ ਸਕੀ ਭੈਣ ਹੋਵੇ ਤੇ ਤੂੰ ਜਾ ਕੇ ਦੱਸਿਆ ਨੀ ਆਪਣੇ ਮਾਂ ਬਾਪ ਨੂੰ ਕਿ ਇਹ ਕੀ ਕਰਦੀ ਹੈ ਤੇਰੀ ਭੈਣ ਜਿਹੜੀ ਡੈਣ ਜਿਹੜੀ ਬਣ ਗਈ ਹੈ ਕੀ ਨਾਮ ਕੀ ਆ ਉਹਦਾ ਸਰ ਸੰਦੀਪ ਕੌਰ